ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਲਵਜੀਤ ਸਿੰਘ, ਡਾਇਰੈਕਟ ਇੰਟਰਨੈਸ਼ਨਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ। ਮੇਰੇ ਨਾਲ ਇੱਕ ਹੋਰ ਸਟੂਡੈਂਟ ਨੇ ਜਿਹਨਾਂ ਦਾ ਨਾਮ ਹਰਪਿੰਦਰ ਕੌਰ ਨੇ, ਐਂਡ ਸ਼ੀ ਇਜ਼ ਫਰੋਮ ਬਰਨਾਲਾ। ਇਹਨਾਂ ਦਾ ਵੀਜ਼ਾ ਜੋ ਗ੍ਰਾਂਟ ਹੋਇਆ, ਇਹਨਾਂ ਦਾ ਪ੍ਰੋਫਾਈਲ ਸੀ ਅਕੈਡਮਿਕ ਓਵਰਆਲ 70% ਗ੍ਰੇਡ 12 ਦੇ ਵਿੱਚੋਂ, ਬਟ ਇਹਨਾਂ ਦੇ 6 ਓਵਰਆਲ 5.5 ਵੀਕ ਮੋਡਿਊਲ ਦੇ ਵਿੱਚ ਸੀ, ਐਂਡ ਦੇ ਅਪਲਾਈਡ ਫੋਰ ਗੌਰਮੈਂਟ ਕਾਲਜ ਜਿਸ ਜਿਹਨਾਂ ਨੂੰ 2 ਸਾਲ ਦੇ ਡਿਪਲੋਮਾ ਪ੍ਰੋਗਰਾਮ ਲਈ ਦੇ ਗੋਰ ਦਾ ਵੀਜ਼ਾ। ਮੈਂ ਵੀਜ਼ਾ ਉਹਨਾਂ ਦੇ ਫਾਦਰ ਨੂੰ ਹੈਂਡ ਓਵਰ ਕਰਾਂਗਾ। ਸਰ, ਬਹੁਤ ਬਹੁਤ ਕੰਗਰੈਚੁਲੇਸ਼ਨ। ਸੋ ਹਰਪਿੰਦਰ, ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਦੇ ਸਟੂਡੈਂਟਸ ਨੂੰ ਜਿਹੜੇ ਕਿ ਆਪਣਾ ਇੰਟਰਸਟ ਰੱਖਦੇ ਨੇ ਇੰਟਰਨੈਸ਼ਨਲ ਐਜੂਕੇਸ਼ਨ ਲਈ? ਬਿਕੋਜ਼ ਬਹੁਤ ਡਰ ਹੁੰਦਾ ਹੈ ਬੱਚਿਆਂ ਦੇ ਮਨ ਦੇ ਵਿੱਚ ਕਿ SDS ਨੂੰ ਪ੍ਰਮੋਟ ਇਸ ਹਿਸਾਬ ਨਾਲ ਹੋਇਆ। ਅਨਡਾਊਟਲੀ 6 ਈਚ ਹੋਣਾ ਇੱਕ ਅੱਛੀ ਆਪਸ਼ਨ ਹੈ, ਬਟ ਜੇ ਤੁਹਾਡੇ 5.5 ਆ, ਫਿਰ ਵੀ ਤੁਸੀਂ ਗੌਰਮੈਂਟ ਕਾਲਜ ਜਾ ਕੇ ਆਪਣਾ ਡਿਪਲੋਮਾ ਕਰਨ ਜਾ ਰਹੇ ਹੋ। ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਟੂਡੈਂਟ ਨੂੰ? ਹਾਂਜੀ ਸਰ, ਮੈਂ ਇਹ ਕਹਾਂਗੀ ਵੀ ਲੈਂਡਮਾਰਕ ਇਮੀਗ੍ਰੇਸ਼ਨ ਬਹੁਤ ਵਧੀਆ ਸਰਵਿਸ ਪ੍ਰੋਵਾਈਡ ਕਰ ਰਹੀ ਆ, ਅਤੇ ਇਹਦੇ ਨਾਲ ਵੀ ਆਪਾਂ ਨੂੰ ਇੱਦਾਂ ਹੋ ਜਾਂਦਾ ਵੀ ਆਪਣਾ ਵੀਜ਼ਾ ਆ ਸਕਦਾ ਗਾ, ਅਤੇ ਆਪਾਂ ਪੂਰੀ ਸ਼ਿਓਰਟੀ ਨਾਲ ਅਤੇ ਬਿਨਾਂ ਕਿਸੇ ਡਰ ਤੋਂ ਇੱਥੇ ਫਾਈਲ ਲਗਾ ਸਕਦੇ ਹਾਂ। ਸੋ ਬਹੁਤ ਬਹੁਤ ਕੰਗਰੈਚੁਲੇਸ਼ਨ। ਆਈ ਹੋਪ ਤੁਹਾਡੇ ਮੈਸੇਜ ਨਾਲ ਸਟੂਡੈਂਟਸ ਨੂੰ ਹੋਰ ਹੈਲਪ ਮਿਲੇ, ਜਿਹੜੇ ਆਪਣਾ ਫਰਦਰ ਐਜੂਕੇਸ਼ਨ ਲਈ ਪਲਾਨ ਕਰਨਾ ਚਾਹੁੰਦੇ ਉਹਨਾਂ ਨੂੰ ਹੈਲਪ ਹੋਵੇ। ਬਹੁਤ ਬਹੁਤ ਕੰਗਰੈਚੁਲੇਸ਼ਨ। ਥੈਂਕ ਯੂ।